Welcome to Innovative Project Solution. Now, dear, I was telling what is the difference between electrolytic capacitors when we are using at different voltage rating. Got it? ਕਿ ਆਹ ਜਿਹੜਾ ਕਪੈਸਟਰ ਆਪਾਂ ਯੂਜ਼ ਕਰ ਰਹੇ ਹਾਂ ਇਲੈਕਟ੍ਰੋਲਿਟਿਕ ਕਪੈਸਟਰ, ਇਹ 16 ਵੋਲਟ ਦਾ ਯੂਜ਼ ਕਰ ਰਹੇ ਹਾਂ, 25 ਦਾ ਯੂਜ਼ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ, ਵੱਧ ਵੈਲਿਊ ਦਾ ਯੂਜ਼ ਕਰ ਸਕਦੇ ਹਾਂ, ਅਗਰ ਕਰਦੇ ਹਾਂ ਤਾਂ ਕੀ ਨੁਕਸਾਨ ਹੈ, ਨਹੀਂ ਕਰ ਸਕਦੇ ਤਾਂ ਕਿਉਂ ਨਹੀਂ ਕਰ ਸਕਦੇ, ਇਹ ਕੁਸ਼ਚਨ ਮੇਨ ਰਹੇ ਹੁੰਦਾ। ਹੁਣ ਜਿਵੇਂ ਆਪਾਂ ਇਲੈਕਟ੍ਰੋਲਿਟਿਕ ਕਪੈਸਟਰ 16 ਵੋਲਟ ਦਾ ਲਗਾ ਰੱਖਿਆ, ਠੀਕ ਹੈ ਜੀ। ਹੁਣ 16 ਵੋਲਟ ਦਾ ਇਲੈਕਟ੍ਰੋਲਿਟਿਕ ਕਪੈਸਟਰ, ਜੇ ਇਹਦੀ ਜਗ੍ਹਾ ਅਸੀਂ 25-35 ਦਾ ਜਾਂ ਹਾਇਰ ਵੈਲਿਊ ਦਾ ਯੂਜ਼ ਕਰਦੇ ਹਾਂ ਤਾਂ ਕੋਈ ਫਰਕ ਨਹੀਂ ਪੈਂਦਾ, ਕੋਈ ਨੁਕਸਾਨ ਨਹੀਂ। ਜਿਵੇਂ ਬਟ ਉਹਦੇ ਨਾਲ ਕੀ ਹੁੰਦਾ ਕਿ ਉਹਦੇ ਉਹ ਚਾਰਜ ਹੋ ਜਾਂਦਾ, ਉਹ ਹੌਲੀ ਹੌਲੀ ਡਿਸਚਾਰਜ ਹੁੰਦਾ। ਜਿਵੇਂ ਤੁਸੀਂ ਕਈ ਵਾਰ ਚਾਰਜਰ ਦੇਖਿਆ ਹੋ, ਕੋਈ ਉਹਦੀ LED ਗਲੋ ਕਰਦੀ ਰਹਿੰਦੀ ਹੈ, ਉਹ ਹੌਲੀ ਹੌਲੀ ਡਿਸਚਾਰਜ ਹੋ ਰਿਹਾ ਹੁੰਦਾ, ਕਾਫੀ ਦੇਰ ਬਾਅਦ LED ਬੰਦ ਹੁੰਦੀ ਹੈ। ਹਾਂਜੀ, ਠੀਕ ਹੈ। ਉਸ ਟਾਈਮ 'ਤੇ ਹਾਇਰ ਵੋਲਟੇਜ ਦਾ ਹੋਵੇ ਤਾਂ ਧਿਆਨ ਵੀ ਰੱਖਣਾ, ਝਟਕਾ ਵੀ ਦੇ ਦਿੰਦਾ ਹੁੰਦਾ, 200-250-400 ਵੋਲਟ ਦਾ ਹੋਊਗਾ, ਹੈ ਨਾ। ਇਹ ਜਿਹੜੀ ਵੋਲਟੇਜ ਰੇਟਿੰਗ ਹੈ, ਘੱਟ ਵੋਲਟੇਜ ਦਾ ਚਾਰਜ ਕਿਉਂ ਨਹੀਂ ਲਗਾ ਸਕਦੇ, ਘੱਟ ਵੋਲਟ ਦਾ ਲਗਾ ਨਹੀਂ ਸਕਦੇ, ਕਿਉਂਕਿ ਜੇ ਇਨਪੁੱਟ ਵੋਲਟੇਜ ਤੋਂ ਇਨਪੁੱਟ ਵੋਲਟੇਜ ਹੈ, ਸਟੋਰੇਜ ਮੀਡੀਅਮ ਹੈ, ਵੋਲਟੇਜ ਚਾਰਜ ਕਰਦਾ, ਸਟੋਰ ਕਰਦਾ, ਸਟੋਰ ਕਰਦਾ। ਜੇ ਆਪਾਂ ਘੱਟ ਵੈਲਿਊ ਦਾ ਲਾਇਆ, 9 ਵੋਲਟ ਇਨਪੁੱਟ ਦੇ ਰਹੇ ਹਾਂ, ਠੀਕ ਹੈ, ਅਤੇ 6 ਵੋਲਟ ਦਾ ਲਾਤਾ ਤਾਂ ਕੀ ਹੋਊਗਾ, ਬਸਟ ਹੋ ਜਾਏਗਾ, ਕੁਛ ਨਾ ਬਸਟ ਹੋ ਜਾਏਗਾ। ਇਸ ਲਈ ਲੋਅਰ ਵੈਲਿਊ ਦਾ ਤਾਂ ਆਪਾਂ ਯੂਜ਼ ਕਰ ਹੀ ਨਹੀਂ ਸਕਦੇ, ਹਾਇਰ ਵੈਲਿਊ ਦਾ ਯੂਜ਼ ਕਰਨਾ, ਠੀਕ ਹੈ। ਹਾਇਰ ਵੋਲਟੇਜ ਤਾਂ ਆਪਾਂ ਨੂੰ ਮੈਟਰ ਕੀ ਕਰਦਾ ਕਿ ਜਿੰਨੀ ਜਿੰਨੀ ਆਪਾਂ ਵੈਲਿਊ ਵਧਾਈ ਜਾਂਦੀ ਹੈ, ਉੰਨੀ ਉੰਨੀ ਕੋਸਟ ਵੀ ਵਧੀ ਜਾਂਦੀ ਹੈ, ਫਿਰ ਆ ਪ੍ਰੋਬਲਮ ਆ ਜਾਂਦੀ ਹੈ, ਠੀਕ ਹੈ। ਅਤੇ ਇਸ ਲਈ ਉਦੋਂ ਧਿਆਨ ਰੱਖਣਾ ਹੁੰਦਾ ਹੈ ਕਿ ਆਪਾਂ ਲਿਮਿਟਡ ਵੈਲਿਊਜ਼ ਦਾ ਧਿਆਨ ਰੱਖੀਏ, ਕਿ ਜਿਹੜੀ ਇਨਪੁੱਟ ਵੋਲਟੇਜ ਹੈ ਉਹਦੇ ਅਕੋਰਡਿੰਗ ਹੀ ਯੂਜ਼ ਕਰੀਏ, ਹਾਇਰ ਬਹੁਤ ਜ਼ਿਆਦਾ ਹਾਇਰ ਵੈਲਿਊਜ਼ ਵੀ ਨਾ ਯੂਜ਼ ਕਰੀਏ, ਕਿਉਂਕਿ ਕੋਸਟ ਬਹੁਤ ਵੱਧ ਜਾਂਦੀ ਹੈ। ਹੁਣ ਜੇ ਅਸੀਂ 25 ਵੋਲਟ ਦਾ ਯੂਜ਼ ਕਰਤਾ, ਉਹਦੀ ਕੀਮਤ ਹੈ 3 ਰੁਪਏ, ਜੇ ਤੁਸੀਂ 50 ਵੋਲਟ ਦਾ ਯੂਜ਼ ਕਰੋਗੇ ਉਹ 5 ਰੁਪਏ ਦਾ ਹੋਊਗਾ, ਤਾਂ ਕੋਸਟ ਦਾ ਕਿੰਨਾ ਫਰਕ ਪੈ ਗਿਆ ਜੀ। ਜੇ 10 ਕਪੈਸਿਟਰ ਤੁਸੀਂ ਯੂਜ਼ ਕਰਦੇ ਜਾਂ 50 ਯੂਜ਼ ਕਰ ਲਏ ਇੱਕ ਸਰਕਿਟ ਦੇ ਵਿੱਚ, ਬਹੁਤ ਕੋਸਟ, ਇੱਕ ਸਰਕਿਟ ਇੱਕ ਇੱਕ ਤੁਹਾਡੇ ਕਾਰਡ ਦੀ ਕੀਮਤ ਬਹੁਤ ਜ਼ਿਆਦਾ ਵੱਧ ਜਾਣੀ ਹੈ, ਠੀਕ ਹੈ ਜੀ, ਕਲੀਅਰ। ਇਹ ਤੋਂ ਬਾਅਦ ਇੱਕ ਰੈਜ਼ਿਸਟੈਂਸ ਲਾਈ ਹੋਈ ਹੈ, ਉਹਦੇ ਨਾਲ LED ਇੰਡੀਕੇਸ਼ਨ ਇੰਡੀਕੇਟ ਕਰਨ ਵਾਸਤੇ ਕਿ ਅਸੀਂ ਜਿਹੜੀ ਆਊਟਪੁੱਟ ਵੋਲਟੇਜ ਹੈ ਸਾਡੀ ਆ ਰਹੀ ਹੈ, ਸਪਲਾਈ ਦੇ ਰੱਖੀ ਹੈ ਕਿ ਨਹੀਂ, ਜੀ ਅਗਰ ਜਿਹੜੀ ਸੋਕਟ ਹੈ ਸਾਡੀ ਸਹੀ ਤਰ੍ਹਾਂ ਇੰਸਰਟਡ ਹੈ ਕਿ ਨਹੀਂ, ਇੰਸਰਟਡ ਸਪਲਾਈ ਆ ਰਹੀ ਕਿ ਨਹੀਂ ਆ ਰਹੀ, ਇਸ ਲਈ ਅਸੀਂ LED ਲਗਾ ਰੱਖੀ ਹੈ। ਹੁਣ LED 'ਤੇ ਕੁਸ਼ਚਨ ਰੇਜ਼ ਹੋ ਜਾਂਦਾ ਕਿ LED ਦਾ ਨੈਗੇਟਿਵ ਪੋਜ਼ਿਟਿਵ ਦੱਸ ਸਕਦੇ ਹੋ ਤੁਸੀਂ, ਕਿਹੜੇ ਕਿਹੜੇ ਪੁਆਇੰਟਸ ਦਾ ਪਤਾ ਲੱਗਦਾ? ਹਾਂਜੀ ਸਰ, ਇੱਧਰ ਮਤਲਬ LED ਅੰਦਰ ਇੱਕ ਫਲੈਗ ਲੱਗਿਆ ਹੁੰਦਾ, ਉਹ ਆਪਣਾ ਨੈਗੇਟਿਵ ਹੋ ਜਾਂਦਾ। ਹੁਣ ਆਹ ਦੇਖੋ, ਦਿਖ ਰਿਹਾ? ਹਾਂਜੀ, ਧਿਆਨ ਨਾਲ ਦੇਖੋ LED ਦਾ, LED ਦੇ ਦਾ ਦੇਖੋ ਫਲੈਗ ਬਣਿਆ ਹੋਇਆ ਨੀਚੇ ਵਾਲੀ ਸਾਈਡ ਜੀ, ਦਿਖ ਰਿਹਾ ਜੀ, ਆਪਣੀ ਰਾਈਟ ਵਾਲੀ ਸਾਈਡ, ਲੈਫਟ ਹੈਂਡ ਸਾਈਡ ਦੇਖੋ ਇੱਕ ਫਲੈਗ ਜਿਹਾ ਦਿਖ ਰਿਹਾ ਜੀ, ਹਲਕਾ ਜਿਹਾ ਦਿਖ ਰਿਹਾ ਇੱਧਰਲੀ ਸਾਈਡ, ਹਾਂਜੀ, ਠੀਕ ਹੈ। ਇੱਕ ਕੱਟ ਵੀ ਦਿਖ ਰਿਹਾ ਸਲੋਟ, ਦੇਖੋ ਆਹ, ਦੇਖੋ ਆਹ ਕੱਟ ਜਿਹਾ ਦਿਖ ਰਿਹਾ, ਹਾਂਜੀ, ਗਰੂਵ ਦੇ ਵਿੱਚ ਨੀਚੇ ਵਾਲੇ ਜੀ, ਜੇ ਟੋਪ ਤੋਂ ਦੇਖੋ ਜ਼ਿਆਦਾ ਬੈਟਰ ਦਿਸਦਾ ਇੱਧਰਲੀ ਸਾਈਡ, ਮੇ ਬੀ ਕੈਮਰੇ 'ਚ ਨਾ ਦਿਖ ਰਿਹਾ ਹੋਵੇ, ਇੱਧਰਲੀ ਸਾਈਡ ਕੱਟ ਹੈ ਜੀ, ਡੈਟ ਇਜ਼ ਨੈਗੇਟਿਵ, ਠੀਕ ਹੈ। ਤੀਸਰੀ ਹੁੰਦੀ ਹੈ ਕਿ ਇਹਦੀ ਲੀਡ ਜਿਹੜੀ ਹੁੰਦੀ ਹੈ ਨੈਗੇਟਿਵ ਵਾਲੇ ਦੀ, ਛੋਟੀ ਹੁੰਦੀ ਹੈ, ਠੀਕ ਹੈ ਜੀ। ਆਹ ਰਿਸਟੈਂਸ ਲੱਗੀ ਹੈ, ਹੁਣ ਇਹ ਰਿਸਟੈਂਸ ਦੀ ਵੈਲਿਊ ਹੁਣ 5 ਵੋਲਟ ਹੈ ਦੇ ਨਾਲ ਰਿਸਟੈਂਸ ਲਾਈ ਹੈ ਤਾਂ ਕਿ ਵੋਲਟੇਜ ਜ਼ਿਆਦਾ ਨਾ ਲਵੇ, ਤਾਂ ਹੁਣ ਇਹ ਰਿਸਟੈਂਸ ਦੀ ਵੈਲਿਊ ਕਿਵੇਂ ਡਿਸਾਈਡ ਕਰੋ? ਮੰਨ ਲਓ 9 ਵੋਲਟ 'ਤੇ ਤੁਸੀਂ ਇੱਕ LED ਲਾਉਣੀ ਹੋਵੇ ਤਾਂ ਅਸੀਂ ਵੈਲਿਊ ਕਿਵੇਂ ਡਿਸਾਈਡ ਕਰਾਂਗੇ? ਜਿਵੇਂ ਹੁਣ ਐਗਜ਼ਾਮਪਲ ਲਗਾ ਲਓ, ਤੁਸੀਂ ਲਗਾਇਆ ਕਪੈਸਿਟਰ
5 ਵੋਲਟ ਤੇ ਲਾ ਰਹੇ ਹੋ, 5 ਵੋਲਟ ਲੈ ਰੱਖੀਏ, ਠੀਕ ਹੈ। 5 ਵੋਲਟ ਇਜ਼ ਇਕੁਅਲ ਟੂ ਰੈਡ ਐਲ ਈ ਡੀ ਜਿਹੜੀ ਹੈ ਉਹਦੀ ਵੋਲਟੇਜ ਡ੍ਰੌਪ ਹੁੰਦੀ ਹੈ 1.6 ਵੋਲਟ, ਠੀਕ ਹੈ। 1.6 ਵੋਲਟ ਪਲੱਸ, ਠੀਕ ਹੈ, ਡ੍ਰੌਪ ਕੋਸ ਰੈਜ਼ਿਸਟੈਂਸ V2 ਜਿਹੜੀ ਹੈਗੀ ਹੈ IS, ਠੀਕ ਹੈ ਜੀ, ਕਲੀਅਰ ਹੈ। ਹੁਣ ਇੱਕ ਸੀਰੀਜ਼ ਦੇ ਵਿੱਚ ਹੋਣ ਕਰਕੇ ਆ ਰੈਜ਼ਿਸਟੈਂਸ ਅਤੇ ਐਲ ਈ ਡੀ ਇੱਕ ਸੀਰੀਜ਼ ਦੇ ਵਿੱਚ, ਇਹਦੇ ਕ੍ਰੋਸ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ 2.5 ਵੋਲਟ, ਹੈ ਨਾ। ਆਹ 1.6, ਆਹ V2 ਇਹ ਲੈ ਰਹੀ ਹੈ, ਇਹ V2 ਕੈਲਕੂਲੇਟ ਕਰਨਾ ਹੈ। V2 ਕਿੰਨਾ ਹੈ, 5 ਮਾਈਨਸ 1.6 3.4 ਆ ਗਿਆ ਵੋਲਟ। ਹੁਣ ਇੱਥੋਂ 3.8 ਇੱਧਰ ਇੱਧਰ ਨੈਗੇਟਿਵ ਆ ਗਏ, ISRS ਆ ਗਿਆ 3.4 ਵੋਲਟ। ਹੁਣ ਕਰੰਟ ਆਪਾਂ ਨੂੰ ਪਤਾ ਐਲ ਈ ਡੀ ਦੀ, ਕਿਉਂਕਿ ਰੈਜ਼ਿਸਟੈਂਸ ਨੇ ਦੱਸਣਾ ਨਹੀਂ, ਐਲ ਈ ਡੀ ਨੇ ਦੱਸਣਾ ਕਿੰਨਾ ਲੈਣਾ ਹੈ। 10-20 ਮਿਲੀਅਮ ਪੇਅਰ ਕੰਜ਼ਮਪਸ਼ਨ ਹੁੰਦੀ ਹੈ, ਅਸੀਂ 10 ਮਿਲੀਅਮ ਪੇਅਰ ਲੈ ਕੇ ਚੱਲ ਪੈਂਦੇ ਹਾਂ, ਚਲੋ ਠੀਕ ਹੈ ਜੀ। ਤਾਂ RS ਦੀ ਵੈਲਿਊ ਨਿਕਲ ਜਾਣੀ ਹੈ 3.4 ਅਪੋਨ 10 ਮਿਲੀ ਅੰਪੇਅਰ, 340 ਓਮ ਜੀ, ਕਲੀਅਰ ਹੈ ਜੀ। 340 ਓਮ ਆ ਗਿਆ, ਅਸੀਂ 470 ਓਮ ਲਾਇਆ ਤਾਂ ਕਿ ਉਹਦੀ ਵੋਲਟੇਜ ਡ੍ਰੌਪ ਜ਼ਿਆਦਾ ਹੋ ਜਾਏ ਕ੍ਰੋਸ, ਔਰ ਐਲ ਈ ਡੀ 'ਤੇ ਘੱਟ ਵੋਲਟੇਜ ਹੋਵੇ ਤਾਂ ਕਿ ਐਲ ਈ ਡੀ ਛੇਤੀ ਸੜੇ ਨਾ, ਸੜੇ ਨਾ, ਠੀਕ ਹੈ ਜੀ, ਠੀਕ ਹੈ। ਡੈਮੇਜ ਹੋਣ ਤੋਂ ਐਲ ਈ ਡੀ ਨੂੰ ਬਚਾਉਣ ਲਈ ਅਸੀਂ ਘੱਟ ਹਾਇਰ ਵੋਲਟੇਜ ਲਾ ਦਿੱਤਾ, ਕਲੀਅਰ ਜੀ। ਕਿਉਂਕਿ ਆਪਾਂ ਤਾਂ ਜਸ ਇੰਡੀਕੇਟਰ ਹੀ ਲਗਾਉਣਾ ਨਾ, ਆਪਾਂ ਤਾਂ ਸ਼ੋਅ ਕਰਨਾ ਕਿ ਹਾਂ ਆਪਣੀ ਸਪਲਾਈ ਆ ਰਹੀ ਹੈ ਕਿ ਨਹੀਂ ਆ ਰਹੀ, ਠੀਕ ਹੈ ਜੀ, ਕਲੀਅਰ। ਚੱਲੀਏ ਅੱਗੇ।